स्टूडेंट ऑर्गेनाइजेशन ऑफ इंडिया दे वल्लों पंजाब भर दे विच मीटिंगां कीतियां जा रहियां ने, अपने संगठन नूं होर मजबूत करन दीआं कोशिशां हो रहियां ने। ते अज SOI दे प्रधान परमिंदर बराड़ होणी जलंधर पहुंचे ने, इत्थे भी मीटिंग होई है। परमिंदर बराड़ साडे नाल ने। बराड़ साहब, SOI दा मतलब की है? SOI दा मतलब स्टूडेंट ऑर्गेनाइजेशन ऑफ इंडिया जी। ये स्टूडेंट्स दा विंग है श्रोमणी अकाली दल दा, जिहदे च असीं स्टूडेंट्स नूं रिप्रेजेंटेशन दिंदे। मेन मोटिव की है इसका? ਨੌਜਵਾਨਾਂ ਦੀ ਸੋਚ ਨੂੰ, ਜਿਵੇਂ ਅੱਜ ਨਾਰਾ ਵੀ ਹੈਗਾ ਹੈ ਨਵੀਂ ਸੋਚ ਨਵਾਂ ਜੋਸ਼, ਇਹਦਾ ਮਤਲਬ ਕੀ ਹੈ? ਦੇਖੋ, ਹਿੰਦੁਸਤਾਨ ਦੇ ਵਿੱਚ 60% ਵੋਟਾਂ ਜਿਹੜੀਆਂ ਇਸ ਵੇਲੇ ਨੌਜਵਾਨਾਂ ਦੀਆਂ, ਸਟੂਡੈਂਟਸ ਦੀਆਂ ਵੋਟਾਂ। ਨੌਜਵਾਨ ਨੂੰ ਇੱਕ ਪਲੈਟਫਾਰਮ ਦੇ ਰਹੇ ਹਾਂ ਅਸੀਂ ਕਿ ਉਹ ਪਲੈਟਫਾਰਮ 'ਤੇ ਆਉਣ ਅਤੇ ਅੱਗੇ ਜਾਣ, ਆਪਣੀਆਂ ਮੰਗਾਂ ਆਪ ਕਿਸੇ ਤੋਂ ਨਾ ਸੋਚਣ ਕਿ ਸਾਡੇ ਹੱਲ ਕੋਈ ਹੋਰ ਕਰੂਗਾ। ਉਹ ਇੰਨੇ ਸ਼ਕਤੀਸ਼ਾਲੀ ਹੋਣ ਨੌਜਵਾਨ ਕਿ ਉਹ ਆਪਦੀਆਂ ਮੰਗਾਂ, ਆਪਦੇ ਕਿਸਮਤ ਦੇ ਫੈਸਲੇ, ਆਪਦੀ ਆਉਣ ਵਾਲੀ ਜਨਰੇਸ਼ਨ ਦੀ ਕਿਸਮਤ ਦੇ ਫੈਸਲੇ ਆਪ ਲੈ ਸਕਣ। ਤੁਹਾਨੂੰ ਕਮੀ ਕੀ ਲੱਗਦੀ ਹੈ ਨੌਜਵਾਨਾਂ ਦੇ ਵਿੱਚ? ਇੰਨਾ ਨਿਘਾਰ ਕਿਉਂ ਆ ਰਿਹਾ ਸੋਚ ਪ੍ਰਤੀ, ਜੋਸ਼ ਪ੍ਰਤੀ? ਕਿਉਂਕਿ ਹੁਣ ਤੁਹਾਡਾ ਨਾਰਾ ਵੀ ਇਹੀ ਆ। ਤੁਹਾਨੂੰ ਕੀ ਲੱਗਦਾ ਪਰਸਨਲੀ ਤੌਰ ਦੇ ਉੱਤੇ ਕਿ ਕਮੀਆਂ ਕਿੱਥੇ ਨੇ? ਕਮੀਆਂ ਸਿਸਟਮ 'ਚ ਹੈ। ਨੌਜਵਾਨਾਂ ਨੇ ਵਿਸ਼ਵਾਸ ਕੀਤਾ ਅੱਗੇ, ਜਦੋਂ 2017 ਦੇ ਵਿੱਚ ਹੀ ਚੋਣਾਂ ਹੋਈਆਂ, ਤੁਸੀਂ ਦੇਖੋ ਨੌਜਵਾਨਾਂ ਨਾਲ ਕਿੱਡੇ ਕਿੱਡੇ ਵੱਡੇ ਵਾਅਦੇ ਕੀਤੇ ਗਏ। ਜਿਹੜੀ ਸਰਕਾਰ ਬਣੀ ਉਹਨਾਂ ਨੂੰ ਇੱਕ ਵਿਸ਼ਵਾਸ ਸੀ ਕਿ ਸਾਡਾ ਸੁਣੀ ਜਾਊਗੀ ਐਤਕੀ, ਕਿ ਸਾਨੂੰ ਰੋਜ਼ਗਾਰ ਮਿਲੂਗਾ। ਕਾਂਗਰਸ ਨੇ ਨਾਰਾ ਦਿੱਤਾ ਘਰ ਘਰ ਰੋਜ਼ਗਾਰ, ਸਭ ਨੇ ਇੱਕ ਆਸ ਬੰਨ ਲਈ ਕਿ ਸਾਨੂੰ ਮੌਕਾ ਮਿਲੂਗਾ ਰੋਜ਼ਗਾਰ ਦਾ। ਪਰ ਤੁਸੀਂ ਦੇਖੋ ਪਿਛਲੇ 2 ਸਾਲਾਂ ਦੇ ਵਿੱਚ ਇੱਕ ਵੀ ਬੰਦੇ ਨੂੰ ਰੋਜ਼ਗਾਰ ਨਹੀਂ ਦਿੱਤਾ। ਲੋਕ ਠੱਗਿਆ ਮਹਿਸੂਸ ਕਰ ਰਹੇ ਆ। ਸਕੀਮਾਂ ਦੇ ਨਾਂ ਤਾਂ ਰੱਖਣੇ ਭਗਤ ਸਿੰਘ ਦੇ ਨਾਂ ਉੱਤੇ, ਅਤੇ ਠੱਗੀ ਲਾਉਣੀ। ਵੈਸੇ ਮੈਂ ਸੋਚਿਆ ਸੀਗਾ ਕਿ ਪੋਲੀਟੀਕਲ ਗੱਲ ਨਹੀਂ ਕਰਾਂਗੇ, ਪਰ ਜੇ ਤੁਸੀਂ ਕਰ ਹੀ ਦਿੱਤੀ ਹੈ, 2 ਸਾਲਾਂ ਦੀ ਤੁਸੀਂ ਗੱਲ ਕਰ ਰਹੇ ਹੋ, 10 ਸਾਲ ਤੁਹਾਡੀ ਸਰਕਾਰ ਰਹੀ ਹੈ, SOI ਉਦੋਂ ਵੀ ਪੂਰਾ ਕੰਮ ਕਰ ਰਹੀ ਸੀ, ਹਾਲਾਂਕਿ ਚੰਡੀਗੜ੍ਹ ਦੇ ਵਿੱਚ ਵੀ ਚੰਗਾ ਤਕੜਾ ਵਿੰਗ ਹੈਗਾ, ਉਦੋਂ ਨੌਜਵਾਨਾਂ ਦੇ ਬਾਰੇ ਕਿਉਂ ਨਹੀਂ ਸੋਚਿਆ ਗਿਆ? ਕਿਉਂ ਨਹੀਂ ਸੋਚਿਆ? ਤੁਹਾਡੇ ਸਾਹਮਣੇ ਮੈਂ ਇੱਕ ਆਪ ਇਗਜ਼ਾਮਪਲ ਖੜਾ। ਮੈਂ ਇੱਕ ਸਟੂਡੈਂਟ ਸੀ, ਇੱਕ ਮੈਂ ਸਧਾਰਨ ਘਰ ਤੋਂ ਹਾਂ। ਮੈਨੂੰ ਪਾਰਟੀ ਨੇ ਮੌਕਾ ਦਿੱਤਾ, ਸੁਖਬੀਰ ਸਿੰਘ ਬਾਦਲ ਜੀ ਨੇ ਮੌਕਾ ਦਿੱਤਾ, ਮੈਨੂੰ OST ਬਣਾਇਆ, ਯੰਗੇ ਸੈਕਟਰੀ ਜਨਰਲ ਸੀ। ਤੁਸੀਂ ਇਸ ਬਾਰੇ ਤਾਂ ਕਿਹਾ ਜਾਂਦਾ ਕਿ ਮਜੀਠੀਆ ਦੇ ਬੜੇ ਕਰੀਬੀ ਆ, ਤਾਂ ਕਰਕੇ ਸਭ ਕੁਝ ਹੋ ਗਿਆ। ਇੱਕ ਗੱਲ ਦੱਸੋ, ਜਿੱਦਣ ਮੈਂ ਐਜ਼ ਅ ਸਟੂਡੈਂਟ ਸ਼ੁਰੂ ਕੀਤਾ ਸੀ, ਸੰਘਰਸ਼ ਕੀਤਾ, ਮਿਹਨਤ ਕੀਤੀ, ਪਾਰਟੀ ਨੇ ਮੌਕਾ ਦਿੱਤਾ, ਕਰੀਬੀ ਘਰ ਬੈਠਿਆਂ ਤਾਂ ਨਹੀਂ ਕੋਈ ਬਣ ਜਾਂਦਾ, ਮਿਹਨਤ ਕਰਨੀ ਪੈਂਦੀ ਹੈ। ਅਸੀਂ ਪਲੈਟਫਾਰਮ ਦੇ ਰਹੇ ਹਾਂ, ਉਹਨਾਂ ਨੇ ਮੈਨੂੰ ਪਲੈਟਫਾਰਮ ਦਿੱਤਾ ਅਤੇ ਸਾਨੂੰ ਮੌਕਾ ਮਿਲਿਆ, ਅੱਜ ਅਸੀਂ ਨੌਜਵਾਨਾਂ ਨੂੰ ਪਲੈਟਫਾਰਮ ਦੇ ਰਹੇ ਹਾਂ, ਕੱਲ੍ਹ ਨੂੰ ਇਹੀ ਨੌਜਵਾਨ ਅੱਗੇ ਆਉਣਗੇ MLA MP ਬਣਨਗੇ। ਅੱਛਾ, ਮੈਂ ਤੁਹਾਡਾ ਭਾਸ਼ਣ ਸੁਣ ਰਿਹਾ ਸੀਗਾ, ਤੁਸੀਂ ਗੱਲਾਂ ਕਰ ਰਹੇ ਹੋ ਕਿ ਜਿਸ ਤਰ੍ਹਾਂ ਹੁਣੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਵੱਡੇ ਵੱਡੇ ਵਾਅਦੇ ਕਰਤੇ, ਇਹ ਕਰਤਾ ਉਹ ਕਰਤਾ ਸਭ ਕੁਝ, ਇਹਨਾਂ ਸਟੇਜਾਂ ਦੇ ਉੱਪਰ ਭਗਤ ਸਿੰਘ ਦੀ ਸੋਚ ਨੂੰ ਕਿਉਂ ਨਹੀਂ ਦੁਹਰਾਇਆ ਜਾਂਦਾ? ਇਹਨਾਂ ਸਟੇਜਾਂ ਦੇ ਉੱਪਰੋਂ ਆਪਣੇ ਵਿਚਾਰ, ਗੁਰੂ ਮਹਾਰਾਜ ਦੇ ਵਿਚਾਰ ਕਿਉਂ ਨਹੀਂ ਦਿੱਤੇ ਜਾਂਦੇ? ਕਿਉਂਕਿ ਇਹ ਨਵੀਂ ਸੋਚ ਆ, ਨਵੀਂ ਪੀੜ੍ਹੀ ਆ, ਇਹੀ ਜੇ ਵਧਣਗੇ, ਇਹੀ ਸੋਚ ਨੂੰ, ਉਹ ਸੋਚ ਨੂੰ ਅੱਗੇ ਲੈ ਕੇ ਜਾਣਗੇ ਅਤੇ ਸ਼ਾਇਦ ਪੀੜ੍ਹੀਆਂ ਬਦਲ ਜਾਣ। ਕਿਉਂ ਹਰ ਸਟੇਜਾਂ ਦੇ ਉੱਪਰ ਪੋਲੀਟੀਕਲ ਨੂੰ ਹੀ ਕੋਸਿਆ ਜਾਂਦਾ ਕਿ ਉਹਨਾਂ ਐਂ ਕਰਤਾ, ਉਹਨਾਂ ਐਂ ਕਰਤਾ? ਇਸ ਚੀਜ਼ ਜਿਹੜੀ ਆ ਭਗਤ ਸਿੰਘ ਵਾਲੀ ਸੋਚ ਕਿਉਂ ਨਹੀਂ ਆਉਂਦੀ? ਤੁਸੀਂ ਸ਼ਾਇਦ ਲੇਟ ਆਏ ਹੋਵੋਗੇ, ਮੈਂ ਜਿਹੜੀ ਸਪੀਚ ਵੀ ਦੇ ਰਿਹਾ ਸੀ ਉਹਦੇ 'ਚ ਵੀ ਜ਼ਿਕਰ ਵਿਦਿਆਰਥੀਆਂ ਦਾ ਕੀਤਾ ਸੀ ਕਿ ਅੱਜ ਹਿੰਦੁਸਤਾਨ ਨੂੰ ਆਜ਼ਾਦੀ ਮਿਲੀ ਹੈ ਅਤੇ ਨੌਜਵਾਨਾਂ ਦੇ ਸਿਰ 'ਤੇ ਮਿਲੀ ਹੈ। ਭਗਤ ਸਿੰਘ ਕੌਣ ਸੀ? ਭਗਤ ਸਿੰਘ ਇੱਕ ਸਟੂਡੈਂਟ ਸੀ। ਆਪਣੇ ਸੁਭਾਸ਼ ਚੰਦਰ ਬੋਸ ਜੀ ਕੌਣ ਸੀ? ਸਟੂਡੈਂਟ ਸੀ। ਕਰਤਾਰ ਸਿੰਘ ਜੀ ਸਰਾਭਾ ਕੌਣ ਸੀ? ਸਟੂਡੈਂਟ ਸੀ। ਇਹਨਾਂ ਨੇ ਕੋਈ ਲੰਮੀਆਂ ਉਮਰਾਂ ਭੋਗ ਕੇ ਨਹੀਂ ਸਦੀਵੀ ਪਛਾਣ ਬਣਾਈ, ਇਹਨਾਂ ਨੇ ਛੋਟੀ ਉਮਰ 'ਚ ਹੀ ਦੇਸ਼ ਲਈ ਕੁਰਬਾਨ ਹੋਏ ਆ ਅਤੇ ਅਸੀਂ ਇਹਨਾਂ ਦਾ ਸਾਰਾ ਇਤਿਹਾਸ ਅੱਜ ਨੌਜਵਾਨਾਂ ਨੂੰ ਜਾਣੂ ਕਰਾਇਆ। ਅੱਛਾ, ਆਉਣ ਵਾਲੀਆਂ ਲੋਕ ਸਭਾ ਸੀਟਾਂ ਦੇ ਵਿੱਚ ਕੋਈ SOI ਦੇ ਵਿੱਚੋਂ ਚੋਣ ਲੜ ਸਕਦਾ ਆਉਣ ਵਾਲੀ? ਇਹ ਤਾਂ ਸਮਾਂ ਹੀ ਦੱਸੂਗਾ ਜੀ। ਅਸੀਂ ਹੁਣ ਲੋਕਾਂ 'ਚ ਜਾ ਰਹੇ ਹਾਂ, ਜਿਹੜੇ ਹਿਸਾਬ ਨਾਲ ਉਤਸ਼ਾਹ ਵੱਧ ਰਿਹਾ ਲੋਕਾਂ ਦਾ, ਅਤੇ ਪਾਰਟੀ ਪ੍ਰੈਜ਼ੀਡੈਂਟ ਡਿਸਾਈਡ ਕਰਨਗੇ। ਉਮੀਦ ਹੈ ਕਿ ਇੱਕ ਦੋ ਸੀਟਾਂ ਦੇ ਉੱਪਰ ਲੜ, ਬਿਲਕੁਲ ਉਹ ਨੌਜਵਾਨਾਂ ਨੂੰ ਨੁਮਾਇੰਦਗੀ ਦੇ ਰਹੇ ਆ, ਪਿਛਲੀ ਵਿਧਾਨ ਸਭਾ 'ਚ ਵੀ ਦਿੱਤੀ ਹੈ, ਪਾਰਟੀ 'ਚ ਵੀ ਦਿੱਤੀ ਹੈ, ਅਤੇ ਅਗਾਂਹ ਵੀ ਦੇਣਗੇ। ਧੰਨਵਾਦ, ਬੜੇ ਵਧੀਆ ਤਰੀਕੇ ਨਾਲ ਨੌਜਵਾਨਾਂ ਨੂੰ ਅੱਗੇ ਲੈ ਕੇ ਜਾ ਰਹੇ ਹੋ। ਫਿਰ ਵੀ ਇੱਕ ਪਾਸੇ ਇਹ ਸਵਾਲ ਉੱਠਦੇ ਨੇ ਕਿ ਜਿੱਥੋਂ ਵੱਡੀਆਂ ਵੱਡੀਆਂ ਸਟੇਜਾਂ ਦੇ ਉੱਪਰ ਪੋਲੀਟੀਕਲ ਮੁੱਦੇ ਉੱਠ ਜਾਂਦੇ ਆ, ਫਿਰ ਨੌਜਵਾਨਾਂ ਦੇ ਵਿੱਚ ਵੀ ਉਹੀ ਜੋਸ਼, ਉਹੀ ਗੁੱਸਾ ਆ ਜਾਂਦਾ ਹੈ ਕਿ ਜੋ ਰਾਜਨੀਤਿਕਾਂ ਦੇ ਵੱਲੋਂ ਭਰਿਆ ਜਾਂਦਾ ਹੈ। ਇਸ ਸਵਾਲ ਪਰਮਿੰਦਰ ਬਰਾੜ ਹੋਣਾ ਤੋਂ ਪੁੱਛਣ ਦਾ ਮਤਲਬ ਇਹੀ ਸੀ ਕਿ ਕਿਉਂ ਨਹੀਂ ਭਗਤ ਸਿੰਘ ਹੋਣਾਂ ਦੀ ਸੋਚ ਦੇ ਉੱਪਰ ਪਹਿਰਾ ਦਿੱਤਾ ਜਾਂਦਾ, ਕਿਉਂ ਨਹੀਂ ਉਹਨਾਂ ਦੀ ਸੋਚ ਨੂੰ ਜਿਹੜਾ ਹੈ ਦੁਹਰਾਇਆ ਜਾਂਦਾ, ਤਾਂ ਜੋ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹੀ ਸੋਚ ਨੂੰ ਅੱਗੇ ਲੈ ਕੇ ਵੱਧ ਸਕੇ। ਕੈਮਰਾਮੈਨ ਪਵਨ ਕਨੌਜੀਆ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ TV, ਜਲੰਧਰ।